ਇਸ ਵੀਡੀਓ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਇਸ ਵੀਡੀਓ ਵਿੱਚ ਦੇਖਾਂਗੇ ਕਿ ਮੋਨੀਟਰ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਤੇ ਉਹ ਕਿਵੇਂ ਕੰਮ ਕਰਦੇ ਨੇ ਹੁਣ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਮੋਨੀਟਰ ਜਿਹਨੂੰ ਆਪਾਂ ਬੋਲਦੇ ਹਾਂ ਸੀਆਰਟੀ ਮੋਨੀਟਰ ਸੀਆਰਟੀ ਦੀ ਫੁੱਲ ਫਾਰਮ ਹੁੰਦੀ ਹੈ ਕੈਥੋਡ ਰੇ ਟਿਊਬ ਜਿਵੇਂ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਸਕਦੇ ਹੋ ਕੈਥੋਡ ਰੇ ਟਿਊਬ ਦੀ ਇੱਕ ਡਾਇਗਰਾਮ ਬਣੀ ਹੋਈ ਹੈ ਤੇ ਇਸ ਕੈਥੋਡ ਰੇ ਟਿਊਬ ਦੇ ਵਿੱਚ ਕੁਝ ਪਾਰਟ ਹੁੰਦੇ ਨੇ ਜਿੰਨਾ ਤੋਂ ਆਪਣੀ ਪਿਕਚਰ ডিসਪਲੇ ਹੁੰਦੀ ਹੈ ਸਕਰੀਨ ਦੇ ਉੱਤੇ ਉਹ ਪਾਰਟ ਕਿਹੜੇ-ਕਿਹੜੇ ਨੇ ਜਿਵੇਂ ਕਿ ਇਸ ਵਿੱਚ ਇਲੈਕਟ੍ਰੋਨ ਗਨ ਹੁੰਦੀ ਹੈ ਫੋਕਸਿੰਗ ਸਿਸਟਮ ਹੁੰਦਾ ਹੈ ਹਰੀਜ਼ਨਟਲ ਡਿਫਲੈਕਸ਼ਨ ਪਲੇਟਸ ਹੁੰਦੀਆਂ ਨੇ ਵਰਟੀਕਲ ਡਿਫਲੈਕਸ਼ਨ ਪਲੇਟਸ ਹੁੰਦੀਆਂ ਅਤੇ ਇੱਕ ਸਕਰੀਨ ਹੁੰਦੀ ਹੈ ਫਾਸਫੋਰਸ ਕੋਟਡ ਸਕਰੀਨ ਇਹ ਫਾਸਫੋਰਸ ਕੋਟਡ ਸਕਰੀਨ ਜਿਹੜੀ ਹੁੰਦੀ ਹੈ ਇਹ ਪੋਜ਼ੀਟਿਵ ਵੋਲਟੇਜ ਨਾਲ ਹਾਈ ਪੋਜ਼ੀਟਿਵ ਵੋਲਟੇਜ ਹੁੰਦੀ ਹੈ ਇਹ ਹੁਣ ਆਪਾਂ ਜਿਵੇਂ ਦੇਖਾਂਗੇ ਇਹਦੇ ਵਿੱਚ ਕਿ ਇਹ ਕਿਵੇਂ ਕੰਮ ਕਰਦੀ ਹੈ ਜਿਵੇਂ ਆਪਾਂ ਕਨੈਕਟਰ ਦੇ ਪਿੰਨ ਨਾਲ ਜਦੋਂ ਇਹਨੂੰ ਕਨੈਕਟ ਕਰਦੇ ਆਂ ਇਹ ਇਲੈਕਟ੍ਰੋਨ ਗਨ ਵਿੱਚ ਇੱਕ ਹੀਟਿੰਗ ਐਲੀਮੈਂਟ ਹੁੰਦਾ ਹੈ ਜਿਹੜਾ ਹੀਟ ਹੋਣ ਤੋਂ ਬਾਅਦ ਇਲੈਕਟ੍ਰੋਨ ਪ੍ਰੋਡਿਊਸ ਕਰਦਾ ਹੈ ਕਠੋਰ ਤੋਂ ਇਲੈਕਟ੍ਰੋਨ ਪ੍ਰੋਡਿਊਸ ਹੁੰਦੇ ਨੇ ਜਦੋਂ ਇਹ ਇਲੈਕਟ੍ਰੋਨ ਪ੍ਰੋਡਿਊਸ ਹੁੰਦੇ ਨੇ ਇਹਨਾਂ ਵਿੱਚ ਹਾਈ ਨੈਗੇਟਿਵ ਵੋਲਟੇਜ ਹੁੰਦੀ ਹੈ ਜਿਹੜੀ ਕਿ ਸਕਰੀਨ ਵੱਲ ਅਟਰੈਕਟ ਹੁੰਦੀ ਹੈ ਤੇ ਉਸ ਵੱਲ ਤੇਜ਼ ਗਤੀ ਵੱਲ ਚੱਲਣ ਲੱਗ ਜਾਂਦੀਆਂ ਨੇ ਤੇ ਇਸ ਦੇ ਵਿੱਚ ਆਪਣੇ ਫੋਕਸਿੰਗ ਸਿਸਟਮ ਹੈ ਤੇ ਡਿਫਲੈਕਸ਼ਨ ਪਲੇਟਸ ਨੇ ਇਹ ਇਸ ਕਰਕੇ ਹੁੰਦੀਆਂ ਨੇ ਕਿ ਜਿਹੜੀ ਬੀਮ ਆਪਣੀ ਟਰੈਵਲ ਕਰ ਰਹੀ ਹੈ ਸਕਰੀਨ ਵੱਲ ਉਹਨਾਂ ਨੂੰ ਇੱਕ ਪਾਰਟਿਕੂਲਰ ਪੋਜੀਸ਼ਨ ਤੇ ਪਲੇਸ ਕੀਤਾ ਜਾ ਸਕੇ ਤੇ ਉਥੇ ਇੱਕ ਪਿਕਚਰ ডিসਪਲੇ ਹੋ ਸਕੇ ਤੇ ਇਸ ਦੀ ਇੰਟੈਂਸਿਟੀ ਆਪਾਂ ਕੰਟਰੋਲ ਕਰ ਸਕਦੇ ਹਾਂ ਬਾਈ ਕੰਟਰੋਲ ਗ੍ਰਿਡ ਨਾਲ ਇਸ ਇਹਦੀ ਇੰਟੈਂਸਿਟੀ ਨੂੰ ਕੰਟਰੋਲ ਕਰਨ ਲਈ ਆਪਾਂ ਉਹਦੀ ਵੋਲਟੇਜ ਲੈਵਲ ਨੂੰ ਸੈੱਟ ਕਰਦੇ ਨੇ ਇਮੇਜ ডিসਪਲੇ ਕਿਵੇਂ ਹੁੰਦੀ ਹੈ ਜਦੋਂ ਇਲੈਕਟ੍ਰੋਨ ਬੀਮ ਫਾਸਫੋਰਸ ਨਾਲ ਟਕਰਾਂਦੇ ਨੇ ਤੇ ਰੁਕ ਜਾਂਦੇ ਨੇ ਨਾਲ ਦੀ ਨਾਲ ਤਾਂ ਉਹਨਾਂ ਦੀ ਕਾਈਨੇਟਿਕ એનર્ਜੀ ਜਿਹੜੀ ਹੁੰਦੀ ਹੈ ਉਹ ਫਾਸਫੋਰਸ ਸਕਰੀਨ ਵੱਲ ਦੁਆਰਾ ਅਬਜ਼ੋਰਬ ਕਰ ਲਈ ਜਾਂਦੀ ਹੈ ਤੇ ਜਿਹਦੇ ਨਾਲ એનર્ਜੀ ਜਨਰੇਟ ਹੁੰਦੀ ਹੈ ਤੇ ਉਹ ਪਿਕਚਰ ਸਕ੍ਰੀਨ ਤੇ ਡਿਸਪਲੇ ਹੋ ਜਾਂਦੀ ਹੈ ਇਸ ਤੋਂ ਬਾਅਦ ਆਪਣੇ ਕੋਲ ਹੁੰਦੇ ਨੇ 컬러 ਮੋਨੀਟਰ ਸਕ੍ਰੀਨ ਵੀ ਇਹ ਨਾਰਮਲ ਮੋਨੀਟਰ ਜਿਸ ਤੇ Black and White ਸਕ੍ਰੀਨ ਡਿਸਪਲੇ ਹੁੰਦੀ ਹੈ ਹੁਣ ਆਪਾਂ ਡਿਸਕਸ ਕਰਨ ਜਾ ਰਹੇ ਹਾਂ 컬러 ਮੋਨੀਟਰ ਸਕ੍ਰੀਨ ਮੈਂ ਤੁਹਾਨੂੰ 컬러 ਮੋਨੀਟਰ ਸਕ੍ਰੀਨ ਦੀ ਸਲਾਈਡ ਵੀ ਖੋਲ ਕੇ ਰੱਖ ਦਿੱਤੀ ਹੈ ਜਿਵੇਂ ਇਹ 컬러 ਮੋਨੀਟਰ ਸਕ੍ਰੀਨ ਦੋ ਤਰ੍ਹਾਂ ਦੇ ਹੁੰਦੇ ਨੇ ਜਿਵੇਂ ਇਹ ਦੋ ਮੈਥਡਸ ਨਾਲ ਵਰਕ ਕਰਦਾ ਹੈ ਬੀਨ ਪੈਨੇਟ੍ਰੇਸ਼ਨ ਮੈਥਡ ਤੇ ਸ਼ੈਡੋ ਮਾਸਕਿੰਗ ਮੈਥਡ ਬੀਨ ਪੈਨੇਟ੍ਰੇਸ਼ਨ ਮੈਥਡ ਕੀ ਹੈ ਬੀਨ ਪੈਨੇਟ੍ਰੇਸ਼ਨ ਦਾ ਮਤਲਬ ਹੈ ਜਿਹੜੀ ਬੀਨ ਇਲੈਕਟ੍ਰੋਨਸ ਬੰਨ ਰਹੇ ਨੇ ਉਹ ਕਿੰਨੇ ਜ਼ਿਆਦਾ ਪੈਨੇਟ੍ਰੇਟ ਹੋ ਰਹੇ ਨੇ ਸਕਰੀਨ ਦੇ ਵਿੱਚ ਕਿ ਕਿਸ ਤਰ੍ਹਾਂ ਦੀ ਇਮੇਜ ਡਿਸਪਲੇ ਹੋਵੇ ਕਿਸ ਤਰ੍ਹਾਂ ਦਾ ਕਲਰ ਡਿਸਪਲੇ ਹੋਵੇ ਗ੍ਰੀਨ ਬੀਨ ਪੈਨੇਟ੍ਰੇਸ਼ਨ ਮੈਥਡ ਵਿੱਚ ਤੇ ਰੈੱਡ ਤੇ ਗ੍ਰੀਨ ਫਾਸਫੋਰ ਸਕਰੀਨ ਹੁੰਦੀ ਹੈ ਦੋ ਤਰ੍ਹਾਂ ਦੀ ਫਾਸਫੋਰ ਸਕਰੀਨ ਹੁੰਦੀ ਹੈ ਜੋ ਇੱਕ ਦੂਜੇ ਦੇ ਨਾਲ ਅਡਜੈਸੈਂਟ ਅਟੈਚ ਹੁੰਦੀਆਂ ਨੇ ਇਹਨ ਇਸ ਨੂੰ ਮਲਟੀਲੇਅਰ ਫਾਸਫੋਰ ਸਕਰੀਨ ਵੀ ਬੋਲਿਆ ਜਾਂਦਾ ਹੈ ਹੁਣ ਇਹ ਕੰਮ ਕਿਵੇਂ ਕਰਦੀ ਹੈ ਜਦੋਂ ਆਪਾਂ ਐਕਸਲੇਰੇਟਿਵ ਪੋਟੈਂਸ਼ੀਅਲ ਇਹਦੇ ਵਿੱਚ ਇੱਕ ਐਕਸਲੇਰੇਟਿੰਗ ਪੋਟੈਂਸ਼ੀਅਲ ਹੁੰਦੀ ਹੈ ਜਿਹਦੇ ਥਰੂ ਆਪਾਂ ਬੀਮ ਨੂੰ ਕਿਸ ਫਾਸਫੋਰਸ ਸਕਰੀਨ ਉੱਤੇ ਪਲੇਸ ਕਰਨਾ ਹੈ ਉਹ ਉਸ ਨਾਲ ਡਿਸਾਈਡ ਹੁੰਦਾ ਹੈ ਜਿਵੇਂ ਕਿ ਆਪਾਂ ਜਦੋਂ ਲੋ ਪੋਟੈਂਸ਼ੀਅਲ ਪ੍ਰੋਵਾਈਡ ਕਰਾਂਗੇ ਤਾਂ ਜਿਹੜੀ ਬੀਨ ਹੈ ਉਹ ਰੈੱਡ ਫਾਸਫੋਰਸ ਦੇ ਉੱਤੇ ਪਲੇਸ ਹੋਊਗੀ ਜਦੋਂ ਆਪਾਂ ਹਾਈ ਪੋਟੈਂਸ਼ੀਅਲ ਪਾਸ ਕਰਾਂਗੇ ਤਾਂ ਜਿਹੜੀ ਬੀਮ ਹੈ ਉਹ ਗ੍ਰੀਨ ਫਾਸਫੋਰਸ ਤੇ ਪਲੇਸ ਹੋਊਗੀ ਜਿਸ ਨਾਲ ਰੈੱਡ ਤੇ ਗ੍ਰੀਨ ਕਲਰ ডিসਪਲੇ ਹੁੰਦੇ ਨੇ ਇਸ ਨਾਲ ਇਸੇ ਤਰ੍ਹਾਂ ਪੈਨ ਦੀ ਇੰਟੈਂਸਿਟੀ ਨੂੰ ਬਲੋਕ ਕਰਕੇ ਡਿਫਰੈਂਟ ਡਿਫਰੈਂਟ ਕਲਰ ਕਰ ਸਕਦੇ ਹਾਂ ਜਿਵੇਂ ਰੈੱਡ 오ਰੇਂਜ yellow ਗ੍ਰੀਨ ਇਹ ਸਾਰੇ ਕਲਰ ਵੀ ਜਨਰੇਟ ਕੀਤੇ ਜਾ ਸਕਦੇ ਨੇ ਦੂਸਰਾ ਆਪਣਾ ਤਰੀਕਾ ਹੈ ਸ਼ੈਡੋ ਮਾਸਕ ਮੈਥਡ ਸ਼ੈਡੋ ਮਾਸਕ ਮੈਥਡ ਦੇ ਵਿੱਚ ਕੀ ਹੁੰਦਾ ਆਪਣੇ ਇਲੈਕਟ੍ਰੋਨ ਗਨ ਹੁੰਦੀਆਂ ਨੇ ਤਿੰਨ ਤਰ੍ਹਾਂ ਦੀ ਇਲੈਕਟ੍ਰੋਨ ਗਨ ਹੁੰਦੀਆਂ ਨੇ ਜਿਨ੍ਹਾਂ ਦਾ ਕਲਰ ਰੈੱਡ ਗ੍ਰੀਨ ਤੇ ਬਲੂ ਹੁੰਦਾ ਹੈ ਇਹ ਟ੍ਰੈਂਗਲ ਸ਼ੇਪ ਦੇ ਵਿੱਚ ਪਲੇਸ ਕੀਤੀਆਂ ਹੁੰਦੀਆਂ ਨੇ ਤੇ ਇਸ ਨੂੰ ਆਪਾਂ ਡੈਲਟਾ ਵੀ ਆਖਦੇ ਹਾਂ ਇਸ ਦਾ ਮੈਥਡ ਕੀ ਹੈ ਇਹ ਇਸ ਦਾ ਮੈਥਡ கரੈਕਟ ਡਾਟ ਕਨਸੈਪਟ ਤੇ ਨਿਰਭਰ ਕਰਦਾ ਹੈ ਇਸ ਦੇ ਲਈ ਕੀ ਆਪਾਂ ਕੀ ਕਰਦੇ ਆ ਇਲੈਕਟ੍ਰੋਨ ਗਨ ਤੇ ਫਾਸਫੋਰਸ ਸਕਰੀਨ ਦੇ ਵਿਚਕਾਰ ਇੱਕ ਮੈਟਲ ਗ੍ਰਿਡ ਪਲੇਸ ਕਰ ਦਿੰਦੇ ਆ ਜਿਸ ਦੇ ਵਿੱਚ ਛੇਕ ਹੁੰਦੇ ਨੇ ਗੋਲ ਛੇਕ ਹੁੰਦੇ ਨੇ ਜਿਸ ਦੇ ਵਿੱਚੋਂ ਲਾਈਟ ਪਾਸ ਕਰਦੀ ਹੈ ਤੇ ਇਹ ਛੇਕ ਕਿਸ ਕਰਕੇ ਹੁੰਦੇ ਨੇ ਕਿ ਇਹ ਜੋ ਬੀਮ ਇਸ ਵਿੱਚੋਂ ਪਾਸ ਕਰਕੇ ਆਵੇ ਫਾਸਫੋਰਸ ਡਾਟ கரੈਕਟਲੀ ਫਾਸਫੋਰਸ ਸਕਰੀਨ ਤੇ ਬਣ ਸਕੇ ਇਹ ਇਹ ਆਪਾਂ ਦੋ ਜਿਹੜੇ ਮੈਥਡ ਕਿਤੇ ਨੇ ਬੀਨ ਪੈਨੇਟ੍ਰੇਸ਼ਨ ਮੈਥਡ ਤੇ ਸ਼ੈਡੋ ਮਾਸਕਿੰਗ ਮੈਥਡ ਇੱਕ ਕਲਰ ਸੀਟਰ ਸੀਆਰਟੀ ਮੋਨੀਟਰ ਦੇ ਪਾਰਟ ਨੇ ਇਸ ਤੋਂ ਬਾਅਦ ਆਪਨੇ ਕੋਲ ਆ ਜਾਂਦੇ ਨੇ ਫਲੈਟ ਪੈਨਲ ਡਿਸਪਲੇ ਫਲੈਟ ਪੈਨਲ ਡਿਸਪਲੇ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਇਮਿਸ਼ਨ ਡਿਸਪਲੇ ਵੀ ਬੋਲਿਆ ਜਾਂਦੇ ਇਹਨਾਂ ਨੂੰ ਤੇ ਨੋਨ ਇਮਿਸ਼ਨ ਡਿਸਪਲੇ ਵੀ ਹੈ ਇਮਿਸ਼ਨ ਡਿਸਪਲੇ ਦੇ ਵਿੱਚ ਪਲਾਜ਼ਮਾ ਪੈਨਲ ਤੇ ਥਿਨ ਫਿਲਮ ਇਲੂਮਿਨੇਸੈਂਟ ਡਿਸਪਲੇ ਆ ਜਾਂਦੇ ਨੇ ਇਹਨਾਂ ਦਾ ਕਨਸੈਪਟ ਇਲੈਕਟ੍ਰੀਕਲ ਉਹ ਨੂੰ ਲਾਈਟ ਦੇ ਵਿੱਚ ਕਨਵਰਟ ਕਰਕੇ ਇਮੇਜ ਜਨਰੇਟ ਕਰਨਾ ਹੁੰਦਾ ਹੈ ਜਿਹੜਾ ਨੋਨ ਇਮਿਸ਼ਨ ਡਿਸਪਲੇ ਹੈ ਇਹ ਆਪਟੀਕਲ ਇਫੈਕਟ ਦੇ ਉੱਪਰ ਕੰਮ ਕਰਦੇ ਨੇ ਤੇ ਜੋ ਆਪਣੀ ਐਲ ਸੀ ਡੀ ਸਕਰੀਨ ਹੁੰਦੀ ਹੈ ਲਿਕਵਿਡ ਕ੍ਰਿਸਟਲ ਡਿਸਪਲੇ ਸਕਰੀਨ ਇਹ ਨੋਨ ਇਮਿਸ਼ਨ ਡਿਸਪਲੇ ਦੀ ਇੱਕ ਐਗਜ਼ਾਮਪਲ ਹੈ ਹੁਣ ਆਪਾਂ ਡਿਸਕਸ ਕਰਦੇ ਹਾਂ ਸਭ ਤੋਂ ਪਹਿਲਾਂ ਇਮਿਸ਼ਨ ਡਿਸਪਲੇ ਇਮਿਸ਼ਨ ਡਿਸਪਲੇ ਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਪਲਾਜ਼ਮਾ ਪੈਨਲ ਪਲਾਜ਼ਮਾ ਪੈਨਲ ਕਿਵੇਂ ਕੰਮ ਕਰਦਾ ਹੈ ਇਹ ਗੈਸ ਗੈਸ ਡਿਸਚਾਰਜ ਤੇ ਕੰਮ ਕਰਦੇ ਨੇ ਇਹਦੇ ਵਿੱਚ ਦੋ ਗਲਾਸ ਪਲੇਟਸ ਹੁੰਦੀਆਂ ਨੇ ਗਲਾਸ ਪਲੇਟ ਦੇ ਵਿੱਚ ਜਿਹੜਾ ਇੱਕ ਰੀਜ਼ਨ ਬਚ ਜਾਂਦਾ ਹੈ ਉਹਦੇ ਵਿੱਚ ਆਪਾਂ ਗੈਸੇਜ਼ ਦਾ ਮਿਕਸਚਰ ਜਿਵੇਂ ਨਿਓਨ ਗੈਸ ਭਰਦੇ ਆ ਨਿਓਨ ਗੈਸ ਭਰਨ ਨਾਲ ਭਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਦੋ ਕੰਡਕਟਰ ਲੱਗੇ ਹੁੰਦੇ ਨੇ ਹਰੀਜ਼ਨਟਲ ਕੰਡਕਕਟਰ ਹੁੰਦੇ ਨੇ ਇੱਕ ਵਰਟੀਕਲ ਕੰਡਕਟਰ ਹੈ ਇਹਨਾਂ ਨੂੰ ਵਰਟੀਕਲ ਰੀਬਨਸ ਵੀ ਬੋਲਦੇ ਨੇ ਹਰੀਜ਼ਨਟਲ ਰੀਬਨਸ ਵੀ ਆਪਾਂ ਕਹਿ ਸਕਦੇ ਨੇ ਜਦੋਂ ਇਸ ਤੋਂ ਬਾਅਦ ਜਦੋਂ ਆਪਾਂ ਵੋਲਟੇਜ ਫਾਇਰ ਕਰਦੇ ਆ ਇਸ ਦੇ ਵਿੱਚ ਤਾਂ ਇੰਨੇ ਦੋਨਾਂ ਕੰਡਕਟਰਾਂ ਦੇ ਇੰਟਰਸੈਕਸ਼ਨ ਦੇ ਵਿੱਚ ਜਿਹੜੀ ਗੈਸ ਹੁੰਦੀ ਹੈ ਉਹ ਬ੍ਰੇਕਡਾਊਨ ਹੋ ਜਾਂਦੀ ਹੈ ਜਿਸ ਦੇ ਨਾਲ ਕੀ ਗਲੋਇੰਗ ਪਲਾਜ਼ਮਾ ਕ੍ਰੀਏਟ ਹੁੰਦਾ ਹੈ ਜਿਸ ਨਾਲ ਆਪਾਂ ਨੂੰ ਸਕਰੀਨ ਉੱਤੇ ਚੀਜ਼ਾਂ ਪਿਕਚਰਜ਼ ਡਿਸਪਲੇ ਹੁੰਦੀਆਂ ਨੇ ਇਸ ਦੀ ਡਾਇਗ੍ਰam ਇਸ ਤਰ੍ਹਾਂ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਦੋ ਗਲਾਸ ਪਲੇਟਸ ਨੇ ਉਸ ਤੋਂ ਬਾਅਦ ਹਰੀਜ਼ਨਟਲ ਤੇ ਵਰਟੀਕਲ ਕੰਡਕਟਰ ਤੇ ਤੇ ਵਿੱਚ ਗੈਸ ਹੁੰਦੀ ਹੈ ਇੰਟਰਸੈਕਸ਼ਨ ਜਦੋਂ ਗੈਸ ਆਪਾਂ ਵੋਲਟੇਜ ਅਪਲਾਈ ਕਰਦੇ ਹਾਂ ਫਾਇਰ ਕਰਦੇ ਹਾਂ ਤਾਂ ਇਸ ਇੰਟਰਸੈਕਸਿਸ ਤੇ ਗੈਸ ਬ੍ਰੇਕਡਾਊਨ ਹੋ ਜਾਂਦੀ ਹੈ ਜਿਸ ਨਾਲ ਇੱਕ ਵੀ ਪਿਕਚਰ ਡਿਸਪਲੇ ਹੁੰਦੀ ਹੈ ਸਕਰੀਨ ਦੇ ਉੱਪਰ ਇਸੇ ਤਰ੍ਹਾਂ ਆਪਣੇ ਕੋਲ ਹੁੰਦਾ ਹੈ ਥਿਨ ਫਿਲਮ ਇਲੈਕਟ੍ਰੋਲੂਮਿਨਿਸੈਂਟ ਡਿਸਪਲੇ ਇਹਨੂੰ TFT ਸਕਰੀਨਸ ਵੀ ਬੋਲ ਦਿੱਤਾ ਜਾਂਦਾ ਹੈ ਇਸ ਦੇ ਵਿੱਚ ਕੀ ਹੈ ਇਹ ਪਲਾਜ਼ਮਾ ਪੈਨਲ ਦੀ ਤਰ੍ਹਾਂ ਹੀ ਕੰਮ ਕਰਦੀ ਹੈ ਉਸੇ ਤਰ੍ਹਾਂ ਹੀ ਸਾਰਾ ਕੁਝ ਹੁੰਦਾ ਹੈ ਬਸ ਇਸ ਦੇ ਵਿੱਚ ਕੀ ਹੈ ਜਿਹੜਾ ਆਪਾਂ ਰੀਜ਼ਨ ਫਿਲ ਕਰਦੇ ਹਾਂ ਉਹ ਫਾਸਫੋਰਸ ਨਾਲ ਫਿਲ ਕਰਦੇ ਹਾਂ ਉਹ ਜ਼ਿੰਕ ਸਲਫਾਈਡ ਮੈਗਨੀਸ਼ੀਅਮ ਵਿੱਚ ਡੋਪਡ ਹੁੰਦਾ ਹੈ ਫਾਸਫੋਰਸ ਜਿਹੜਾ ਬਣਿਆ ਹੁੰਦਾ ਹੈ ਉਹ ਰੀਜ਼ਨ ਆਪਾਂ ਇਸ ਫਾਸਫੋਰਸ ਨਾਲ ਆਪਾਂ ਫਿਲ ਕਰ ਦਿੰਦੇ ਹਾਂ ਉਨੇ ਇਸ ਤੋਂ ਬਾਅਦ ਕੀ ਹੁੰਦਾ ਜਦੋਂ ਸਫੀਸ਼ੀਐਂਟ ਹਾਈ ਵੋਲਟੇਜ ਫਾਸਫੋਰਸ ਹੁੰਦੀ ਹੈ ਤਾਂ ਇਹ ਇੱਕ ਕੰਡਕਟਰ ਬਣ ਜਾਂਦੀ ਹੈ ਦੋਨੋਂ ਇਲੈਕਟਰੋਡਸ ਦੇ ਵਿੱਚ ਦੋ ਕੰਡਕਟਰਸ ਹੁੰਦੇ ਨੇ ਤੇ ਇਹਨਾਂ ਦੇ ਵਿੱਚ ਜਿਹੜੀ ਫਾਸਫੋਰਸ ਹੁੰਦੀ ਹੈ ਇਹ ਇੱਕ ਤਰ੍ਹਾਂ ਦੀ ਕੰਡਕਟਰ ਬਣ ਜਾਂਦੀ ਹੈ ਜਦੋਂ ਇਸ ਤੋਂ ਬਾਅਦ ਇਲੈਕਟ੍ਰਿਕ એનર્ਜੀ ਜਿਹੜੀ ਹੁੰਦੀ ਹੈ ਉਹ ਮੈਗਨੀਸ਼ੀਅਮ ਐਟਮ ਵਾਲ ਦੁਆਰਾ ਅਬਜ਼ੋਰਬ ਹੋ ਜਾਂਦੀ ਹੈ ਜਿਸ ਦੇ ਨਾਲ ਗਲੋਇੰਗ ਪਲਾਜ਼ਮਾ ਇਫੈਕਟ ਕ੍ਰੀਏਟ ਹੁੰਦਾ ਬਸ ਦੋਨਾਂ ਵਿੱਚ ਡਿਫਰੈਂਸ ਇਹ ਹੈ ਕਿ ਇਸ ਵਿੱਚ ਫਾਸਫੋਰਸ ਹੁੰਦੀ ਹੈ ਜਿਹਦੇ ਵੀ ਤੇ ਉਸ ਦੇ ਵਿੱਚ ਨੋਨ ਗੈਸ ਭਰੀ ਹੁੰਦੀ ਹੈ ਇਸ ਤੋਂ ਬਾਅਦ ਆਪਾਂ ਨੋਨ ਇਮਿਸ਼ਨ ডিসਪਲੇ ਬਾਰੇ ਡਿਸਕਸ ਕਰਦੇ ਹਾਂ ਨੋਨ ਇਮਿਸ਼ਨ ডিসਪਲੇ ਨਾ ਇਮਿਸ਼ਨ ਦਾ ਕੀ ਮਤਲਬ ਹੁੰਦਾ ਹੈ ਕਿ ਅਮਿਟ ਕਰਨਾ ਕੁਝ ਹੁਣ ਤੱਕ ਜਿਵੇਂ ਆਪਾਂ ਇਮਿਸ਼ਨ ਡਿਸਪਲੇ ਦੇ ਵਿੱਚ ਪਲਾਜ਼ਮਾ ਪੈਨਲ ਤੇ ਥਿਨ ਫਿਲਮ ਇਲੈਕਟ੍ਰੋਨਿਮਿਸ਼ਨ ਡਿਸਪਲੇ ਦੇ ਵਿੱਚ ਦੇਖਿਆ ਸੀ ਉਹਦੇ ਵਿੱਚ ਆਪਾਂ ਲਾਈਟਸ ਅਮਿਟ ਕਰਦੇ ਹਾਂ ਜਿਸ ਚਾ ਗੈਸ ਡਿਸਚਾਰਜਿੰਗ ਦੇ ਲਾਈਟ ਅਮਿਟ ਹੁੰਦੀ ਹੈ ਇਸੇ ਤਰ੍ਹਾਂ એનર્ਜੀ ਅਬਜ਼orb ਹੁੰਦੀ ਹੈ ਫਾਸਫੋਰਸ ਦੁਆਰਾ ਤੇ ਆਪਣੇ ਕੋਲ ਲਾਈਟ ਐਮਿਟ ਹੁੰਦੀ ਹੈ ਤਾਂ ਅਗਰ ਕਿਨ ਨੂੰ ਐਮਿਸ਼ਨ ਡਿਸਪਲੇ ਬੋਲਿਆ ਜਾਂਦਾ ਨੋਨ ਐਮਿਸ਼ਨ ਡਿਸਪਲੇ ਹੈ ਇਹ ਜਿਹੜਾ ਕਨਸੈਪਟ ਹੁੰਦਾ ਹੈ ਇਹ ਬਲੋਕਿੰਗ ਲਾਈਟ ਬਲੋਕਿੰਗ ਲਾਈਟ ਉੱਤੇ ਹੁੰਦਾ ਕਿ ਲਾਈਟ ਨੂੰ ਰੋਕਦਾ ਹੈ ਜਿਹੜੀ ਲਾਈਟ ਆ ਰਹੀ ਹੈ ਉਹਦੇ ਵਿੱਚ ਕੁਝ ਲਾਈਟ ਨੂੰ ਰੋਕ ਲੈਂਦਾ ਬਾਕੀ ਨੂੰ ਪਾਸ ਕਰ ਦਿੰਦਾ ਤੇ ਉਹ ਪਾਸਿੰਗ ਲਾਈਟ ਜਿਹੜੀ ਸਕਰੀਨ ਤੇ ਪੈਂਦੀ ਹੈ ਉਹਦੇ ਥਰੂ ਆਪਣੀ ਪਿਕਚਰ ਡਿਸਪਲੇ ਹੁੰਦੀ ਹੈ ਹੁਣ ਜਿਵੇਂ ਤੁਸੀਂ ਐਲਸੀਡੀ ਐਲਸ ਇਹਦੀ ਐਗਜ਼ਾਮਪਲ LCD ਹੈ LCD ਨੂੰ ਆਪਾਂ liquid crystal display ਵੀ ਕਹਿੰਦੇ ਆ ਹੁਣ ਤੁਸੀਂ ਇਹਦੀ ਡਾਇਗਰਾਮ ਵਿੱਚ ਦੇਖੋਗੇ ਜਿਵੇਂ ਰਾਈਟ ਹਾਈਡ ਸਾਈਡ ਦੇ ਵਿੱਚੋਂ ਰੈੱਡ ਗ੍ਰੀਨ ਤੇ ਬਲੂ ਤਿੰਨ ਤਰ੍ਹਾਂ ਦੇ ਜਦਜੋ ਬੈਕਲਾਈਟ ਪਾਸ ਹੁੰਦੀ ਹੈ ਇਹਨਾਂ ਦੇ ਵਿੱਚੋਂ ਤੇ ਇਸ ਤੋਂ ਬਾਅਦ ਆਪਣੇ ਕੋਲ ਪੋਜ਼ੀਟਿਵ ਇਲੈਕਟਰੋਡ ਹੁੰਦੇ ਨੇ ਜਿਹਨਾਂ ਨੂੰ ਵਰਟੀਕਲ ਪੋਜੀਟਿਵ ਪੋਲਰਾਈਜ਼ ਫਿਲਟਰ ਵੀ ਬੋਲਿਆ ਜਾਂਦਾ ਹੈ ਉਸ ਤੋਂ ਬਾਅਦ ਆਪਣੇ ਵਿੱਚ ਕ੍ਰਿਸਟਲਸ ਹੁੰਦੇ ਨੇ ਜਿਨਾਂ ਨੂੰ ਸਬਸਟ੍ਰੇਟ ਬੋਲਦੇ ਸਬਸਟ੍ਰੇਟਸ ਬੋਲਦੇ ਕ੍ਰਿਸਟਲ ਇੱਕੋ ਮਟੀਰੀਅਲ ਹੁੰਦਾ ਹੈ ਤੇ ਇਸ ਤੋਂ ਬਾਅਦ ਫਿਰ ਆਪਣੇ ਹਰੀਜ਼ਨਟਲ ਪੋਲਰਾਈਜ਼ ਫਿਲਟਰ ਹੁੰਦੇ ਨੇ ਤੇ ਐਂਡ ਤੇ 네ਗੇਟਿਵ ਇਲੈਕਟਰੋਡ ਹੁੰਦੇ ਨੇ 네ਗੇਟਿਵ ਇਲੈਕਟਰੋਡ ਤੇ ਪੋਜੀਟਿਵ ਇਲੈਕਟਰੋਡ ਮੈਸਾ ਆਪੋਜੀਟ ਵਿੱਚ ਹੁੰਦੇ ਨੇ ਤਾਂ ਜੋ ਕਿ ਇਲੈਕਟ੍ਰੋਨ ਚੰਗੀ ਤਰ੍ਹਾਂ ਉਹਦੇ ਵਿੱਚੋਂ ਟਰੈਵਲ ਕਰ ਸਕਣ ਲਾਈਟ ਟਰੈਵਲ ਕਰ ਸਕੇ ਹੁਣ ਇਸ ਦੇ ਵਿੱਚ ਕੀ ਹੁੰਦਾ ਜਦੋਂ ਇਲੈਕਟ੍ਰਿਕ ਕਰੰਟ ਜਿਹੜੇ ਲਿਕਵਿਡ ਕ੍ਰਿਸਟਲ ਮੋਲੀਕੂਲ ਹੁੰਦੇ ਨੇ ਉਹ ਅਲਾਈਨ ਹੋ ਜਾਂਦੇ ਨੇ ਵੇਰੀਂਗ ਲੈਵਲ ਆਫ ਲਾਈਟਸ ਲਾਈਟਸ ਦੀ ਵੇਰੀਂਗ ਲੈਵਲ ਤੇ ਅਲਾਈਨ ਹੋ ਜਾਂਦੇ ਨੇ ਜਿਸ ਚੋਂ ਉਹ ਪਾਸ ਕਰਦੇ ਨੇ ਸੈਕਿੰਡ ਸਬਸਟ੍ਰੇਟ ਆ ਸੈਕਿੰਡ ਸਬਸਟ੍ਰੇਟ ਕਿਹੜੀ-ਕਿਹੜੀ ਲਾਈਟ ਕਿੰਨੀ ਪਾਸ ਹੋਣੀ ਚਾਹੀਦੀ ਹੈ ਤੇ ਜਿਹਦੇ ਨਾਲ ਆਪਣੀ ਇੱਕ ਕਲਰ ਦੇ ਇਮੇਜ ਡਿਸਪਲੇ ਹੁੰਦੀ ਹੈ ਧੰਨਵਾਦ ਤੁਹਾਡਾ ਇਸ ਵੀਡੀਓ ਨੂੰ ਦੇਖਣ ਲਈ ਨੈਕਸਟ ਵੀਡੀਓ ਵਿੱਚ ਆਪਾਂ ਕੁਝ ਨਵੀਂ ਚੀਜ਼ ਡਿਸਕਸ ਕਰਾਂਗੇ